ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮੁ ਅਲੈਕੁਮ ਨਾਜ਼ਰੀਨ, ਤੁਹਾਡੇ ਸਾਹਮਣੇ ਅਗਲੀ ਵੀਡੀਓ ਦੇ ਨਾਲ ਹਾਜ਼ਰ ਹਾਂ। ਤੁਸੀਂ ਦੇਖ ਰਹੇ ਹੋ ਕਿ ਐਟਮਾਂ ਨੇ, ਇੱਕ ਖਾਲੀ ਬਰਤਨ ਹੈ ਅਤੇ ਇਸ ਦੇ ਅੰਦਰ ਜਨਾਬ ਅਸੀਂ ਸਾਰੀਆਂ ਚੀਜ਼ਾਂ ਦਾ ਜਿਹੜਾ ਇਹ ਮਰਕਬ ਹੈ, ਇਹ ਕੁਸ਼ਤਾ ਬਣਾਵਾਂਗੇ, ਕੁਸ਼ਤਾ ਤੂਤੀਆ। ਔਰ ਕੁਸ਼ਤਾ ਤੂਤੀਆ ਦੇ ਵਿੱਚ ਜਿਹੜੀਆਂ ਚੀਜ਼ਾਂ ਦਾ ਮਰਕਬ ਹੈ ਉਹ ਤੁਹਾਡੇ ਸਾਹਮਣੇ ਪੇਸ਼ੇ ਖਿਦਮਤ ਹੈ। ਸਭ ਤੋਂ ਪਹਿਲੇ ਇਹ ਚੀਜ਼ ਤੁਸੀਂ ਦੇਖ ਰਹੇ ਹੋ, ਇਹ ਨੀਲਾ ਹੈ, ਨੀਲਾ ਤੂਤੀਆ ਹੈ। ਨੀਲਾ ਤੂਤੀਆ ਇਸ ਦੇ ਅੰਦਰ ਸ਼ਾਮਿਲ ਕਰ ਦਿੱਤਾ। ਔਰ ਇਸ ਤੋਂ ਇਲਾਵਾ ਇਹ ਜਿਹੜੀ ਨਾ ਦੂਸਰੇ ਨੰਬਰ 'ਤੇ ਇਹ ਚੀਜ਼ ਹੈ ਜਿਸਤ। ਔਰ ਇਹ ਜਿਸਤ ਦੇ ਅੰਦਰ ਸ਼ਾਮਿਲ ਕਰਾਂਗੇ। ਹੁਣ ਤੀਸਰੇ ਨੰਬਰ 'ਤੇ ਇਹ ਪਾਣੀ ਹੈ। ਇਹ ਪਾਣੀ ਇਹਦੇ ਵਿੱਚ ਰੱਖ ਦਿੱਤਾ। ਹੋਰ ਇਸ ਨੂੰ ਹੁਣ ਅਸੀਂ ਸਾਰਾ ਜਿਹੜਾ ਨਾ ਇਹਨੂੰ ਹਿਲਾਉਂਦੇ ਰਹਿਣਾ ਹੈ, ਜਿਹੜਾ ਕਿ ਇਹ ਬਿਲਕੁਲ ਸਾਰਾ ਤੂਤੀਆ ਜਿਹੜਾ ਨਾ ਇਹਦੇ 'ਚ ਹੱਲ ਹੋ ਜਾਵੇ। ਤੁਹਾਨੂੰ ਸਾਰਾ ਇਸ ਦੇ ਅੰਦਰ ਮਿਕਸ ਕਰਨਾ ਹੈ, ਮਿਕਸ ਕਰਕੇ ਤਾਂ ਕਿ ਬਿਲਕੁਲ ਜਿਹੜਾ ਨਾ ਤੂਤੀਆ ਸਾਰਾ ਜਿਹੜਾ ਨਾ ਉਹ ਖੁਰ ਜਾਏਗਾ। ਇਹਨੂੰ ਤਕਰੀਬਨ ਜਿਹੜਾ ਨਾ ਖਲੋਣ ਨਹੀਂ ਦੇਣਾ, ਹਿਲਾਉਂਦੇ ਰਹਿਣਾ। ਕਿਉਂਕਿ ਉਹ ਜਿਸ ਦੀ ਮਦਦ ਦੇ ਨਾਲ ਜਿਹੜਾ ਖੁਰੇਗਾ ਨਾ, ਖੁਰ ਕੇ ਇਹ ਬਿਲਕੁਲ ਸਫੈਦ ਪਾਣੀ ਬਣ ਜਾਏਗਾ। ਉਹ ਤੁਹਾਡੇ ਸਾਹਮਣੇ ਤੁਹਾਨੂੰ ਦਿਖਾਉਂਦੇ ਰਹਾਂਗੇ। ਫਿਰ ਕਈ ਦੋਸਤ ਭਰਾ ਕਹਿੰਦੇ ਨੇ ਯਾਰ ਤੁਹਾਡੀਆਂ ਵੀਡੀਓ ਜਿਹੜੀਆਂ ਨੇ ਉਹ ਲੰਬੀਆਂ ਹੁੰਦੀਆਂ ਨੇ। ਦੇਖੋ ਯਾਰ, ਅਗਰ ਤੁਹਾਨੂੰ ਡਿਟੇਲ ਨਹੀਂ ਦਿਖਾਵਾਂਗੇ ਜਾਂ ਦੱਸਾਂਗੇ ਨਹੀਂ, ਜਿਹੜੀ ਚੀਜ਼ ਦਾ ਸਾਨੂੰ ਨੌਲੇਜ ਹੈ, ਜਿਹੜੀ ਚੀਜ਼ ਦਾ ਸਾਨੂੰ ਇਲਮ ਹੈ, ਉਹ ਤਾਂ ਤੁਹਾਡੇ ਸਾਹਮਣੇ ਪੇਸ਼ ਕਰੀਦੀ ਹੈ। ਅਤੇ ਅਗਰ ਉਹ ਨਹੀਂ ਕਰਾਂਗੇ ਤਾਂ ਫਿਰ ਜ਼ਾਹਿਰ ਹੈ ਜ਼ਿਆਦਾ ਹੀ ਸ਼ਾਰਟਕੱਟ ਕਰ ਦਿਆਂਗੇ। ਹਾਲਾਂਕਿ ਇਹ ਵੀ ਸ਼ਾਰਟਕੱਟ ਕਰਕੇ ਬਣਾਈ ਦੀ ਹੈ, ਉਸ ਦੇ ਬਾਵਜੂਦ ਵੀ ਫਿਰ ਕੰਮ ਇੰਨੀ ਤਾਂ ਹੋ ਜਾਂਦੀ ਹੈ ਨਾ। ਹੱਲ ਕਰਨੇ ਆ, ਕਾਫੀ ਪਹਿਲੇ ਨਾਲ ਜਿਹੜਾ ਨਾ ਉਹ ਹੱਲ ਹੋ ਗਿਆ। ਨੀਲਾ ਤੂਤੀਆ ਜਿਹੜਾ ਨਾ ਉਹ ਕਾਫੀ ਹੱਲ ਹੋ ਗਿਆ, ਲਿਹਾਜ਼ਾ ਅਸੀਂ ਇਹਨੂੰ ਸਾਰੇ ਨੂੰ ਇਹਦੇ ਵਿੱਚ ਖੋਰਨਾ, ਹੱਲ ਕਰਨਾ, ਬਲਕਿ ਕਿ ਹੱਲ ਕਰਕੇ ਇਹਨੂੰ ਹਿਲਾਉਂਦੇ ਰਹਿਣਾ। ਔਰ ਹਿਲਾਉਂਦਿਆਂ ਪਾਣੀ ਦਾ ਕਲਰ ਜਿਹੜਾ ਨਾ ਇਹ ਬਿਲਕੁਲ ਸਫੈਦ ਹੋ ਜਾਏਗਾ। ਜਿੰਨੀ ਦੇਰ ਤੱਕ ਸਫੈਦ ਨਹੀਂ ਹੁੰਦਾ ਉਨੀ ਦੇਰ ਤੱਕ ਇਹਨੂੰ ਹਿਲਾਉਂਦਿਆਂ ਰਹਿਣਾ, ਕਿਉਂਕਿ ਇਹਦੇ ਅੰਦਰ ਜਿਹੜਾ ਜਿਸਤ ਦੇ ਟੁਕੜੇ ਹੈਗੇ ਨਾ, ਜਿਸਤ ਹਜੇ ਇਹਦਾ ਤੂਤੀਏ ਦਾ ਟੁਕੜੇ ਵੀ ਹੈ ਨਾ, ਕਿਉਂਕਿ ਇਸ ਨੂੰ ਅੱਛੀ ਤਰ੍ਹਾਂ ਖੋਰਨਾ ਹੈ। ਵੈਸੇ ਤਾਂ ਪਾਊਡਰ ਬਣਾਇਆ ਜਾਂਦਾ ਸੀ, ਲੇਕਿਨ ਪਾਊਡਰ ਨਹੀਂ ਬਣਾਉਣਾ, ਪਾਊਡਰ ਇਸ ਵਜ੍ਹਾ ਤੋਂ ਨਹੀਂ ਨਾ ਬਣਾਉਣਾ ਕਿ ਨਾਲ ਨਾਲ ਇਹ ਖੁਰਦਾ ਰਹੇਗਾ, ਨਾਲ ਨਾਲ ਇਹਦੇ ਨਾ ਵਿੱਚੋਂ ਜੰਗ ਜਿਹੜਾ ਉਹ ਤੈਅ ਨਸ਼ੀਨ ਹੋ ਜਾਂਦਾ। ਇਸ ਵਜ੍ਹਾ ਤੋਂ ਇਹਨੂੰ ਬਿਹਤਰ ਹੈ ਕਿ ਡਲੀਆਂ ਦੀ ਸ਼ਕਲ ਦੇ ਵਿੱਚ ਇਹਨੂੰ ਜਿਹੜਾ ਨਾ ਹੱਲ ਕਰਨਾ, ਖੋਰਨਾ। ਕਾਫੀ ਟਾਈਮ ਲੱਗਿਆ, ਹਾਲਾਂਕਿ ਦੂਸਰਾ ਸਟੈਪ ਲੈ ਰਹੇ ਹਾਂ, ਉਨੀ ਦੇਰ ਦਾ ਤਕਰੀਬਨ ਘੰਟਾ ਹੋ ਗਿਆ, ਹਜੇ ਕਾਫੀ ਟਾਈਮ ਲੱਗ ਜਾਣਾ। ਚਲੋ ਹਾਲ ਕਰ ਰਹੇ ਹਾਂ। ਹਾਂਜੀ, ਸਾਨੂੰ ਕਾਫੀ ਦੇਰ ਤਕਰੀਬਨ ਕੁਛ 4 ਘੰਟੇ ਤੋਂ 5 ਘੰਟੇ ਹੋ ਗਏ ਨੇ, ਅਤੇ ਉਹ ਅਸੀਂ ਇਹਨੂੰ ਹਰਾ ਕੇ ਅਤੇ ਅੱਛੀ ਤਰ੍ਹਾਂ ਇਹਨੂੰ ਮਿਕਸ ਕਰ ਦਿੱਤਾ। ਔਰ ਇਹਦਾ ਕਲਰ ਦੇਖਿਆ, ਪਹਿਲੇ ਨੀਲੇ ਰੰਗ ਦਾ ਸੀ, ਹੁਣ ਤਕਰੀਬਨ ਬਲੈਕ ਕਾਲੇ ਰੰਗ ਦਾ ਹੋ ਗਿਆ, ਯਾਨੀ ਕਿ ਉਹ ਜਿਸ ਜਿਹੜੀ ਹੈ ਸਾਰੀ ਉਹਦੇ ਵਿੱਚ ਖੁਰ ਗਈ ਹੈ, ਬਲਕਿ ਉਹਦੇ ਤੋਂ ਇਲਾਵਾ ਹੋਰ ਲਿਆ ਕੇ ਉਹਦੇ ਅੰਦਰ ਜਿਹੜੀ ਨਾ ਜਿਸਤ ਸ਼ਾਮਿਲ ਕੀਤੀ ਸੀ। ਹੁਣ ਇਹਨੂੰ ਬਹੁਤ ਜ਼ਿਆਦਾ ਟਾਈਮ ਦਿੱਤਾ,
ਟਾਈਮ ਵਾਕੇ ਇਹਨੂੰ ਟਾਈਮ ਦੇਣਾ ਪੈਂਦਾ ਨਾ, ਕਿਉਂਕਿ ਜਿੰਨੀ ਦੇਰ ਹੱਲ ਨਹੀਂ ਹੋਏਗੀ ਉਨੀ ਦੇਰ ਮਸਲਾ ਹੱਲ ਨਹੀਂ ਹੁੰਦਾ। ਔਰ ਜਿਹੜੀ ਜਿਸ਼ਤ ਹੈਗੀ ਹੈ, ਇੱਕ ਨੰਬਰ ਅਗਰ ਜਿਸ਼ਤ ਹੋਏਗੀ ਨਾ, ਉਹਨੂੰ ਜਦੋਂ ਤੁਸੀਂ ਇਹਦੇ ਵਿੱਚ ਖੋਲੋਗੇ, ਹੱਲ ਕਰੋਗੇ, ਉਹਨੂੰ ਹੱਥ ਲਾਓਗੇ, ਤਾਂ ਉਹ ਜਿਹੜੀ ਜਿਸ਼ਤ ਹੈ ਉਹ ਗਰਮ ਹੋ ਜਾਂਦੀ ਹੈ। ਕਿਉਂਕਿ ਜਿਸ਼ਤ ਜਿਹੜੀ ਹੈ ਉਹ ਇੱਕ ਨੰਬਰ ਦੀ ਹੋਣੀ ਚਾਹੀਦੀ, ਓਰਿਜਨਲ ਜ਼ਬਰਦਸਤ ਹੋਣੀ ਚਾਹੀਦੀ ਹੈ। ਅਤੇ ਇਹਨੂੰ ਹੁਣ ਅਸੀਂ ਹੱਲ ਕਰ ਲਿਆ, ਹੱਲ ਕਰਕੇ ਇਹਨੂੰ ਹੁਣ ਅਸੀਂ ਰੱਖ ਦਿਆਂਗੇ। ਤਕਰੀਬਨ ਹੁਣ ਰਾਤ ਪੈ ਗਈ ਹੈ, ਅਤੇ ਇਹਨੂੰ ਪੂਰੀ ਰਾਤ ਤੀਕਰ ਜਿਹੜਾ ਨਾ ਉਹ ਪਿਆ ਰਹੇਗਾ, ਅਤੇ ਸੁਬਹ ਜੋ ਸੂਰਤ ਹਾਲ ਹੋਏਗਾ ਉਹ ਤੁਹਾਨੂੰ ਫਿਰ ਦਿਖਾਵਾਂਗੇ। ਹਾਂਜੀ, ਅਸੀਂ ਜਨਾਬ ਇਹਨੂੰ ਤਕਰੀਬਨ ਇਹਨੂੰ 24 ਘੰਟੇ ਹੋ ਗਏ ਇਹਨੂੰ ਇਸੇ ਤਰੀਕੇ ਨਾਲ ਰੱਖਿਆ। ਹੁਣ ਇਹ ਨਿੱਤਰ ਗਿਆ, ਅਤੇ ਇਹਨੂੰ ਅਸੀਂ ਇਸਦਾ ਪਾਣੀ ਜਿਹੜਾ ਉੱਪਰੋਂ ਉਤਾਰਨੇ ਆ। ਪਾਣੀ ਦਾ ਕਾਫੀ ਦੇਖੋ, ਇੰਨੀ ਦੀ ਕਾਲਕ ਜਿਹੜੀ ਥੱਲੇ ਨਿਕਲ ਗਈ। ਲਿਆਦਾ ਇਹ ਫਿਲਹਾਲ ਇਹ ਠੀਕ ਨਹੀਂ ਹੋਇਆ, ਕਿਉਂਕਿ ਇਹਦਾ ਸ਼ੇਡ ਇੰਨਾ ਜ਼ਿਆਦਾ ਹੋਣਾ ਨਹੀਂ ਚਾਹੀਦਾ। ਔਰ ਹੁਣ ਅਸੀਂ ਇਸ ਤਰ੍ਹਾਂ ਕਰਦੇ ਹਾਂ ਕਿ ਇਸ ਦੇ ਅੰਦਰ ਜਿਸ ਜਿਹੜੀ ਨਾ ਦੁਬਾਰਾ ਹੋਰ ਸ਼ਾਮਿਲ ਕਰਦੇ ਹਾਂ, ਸ਼ਾਮਿਲ ਹੋਰ ਜਿਸ ਕਰਕੇ ਇਹਨੂੰ ਹਿਲਾਉਣੇ ਅੱਛੀ ਤਰ੍ਹਾਂ, ਤਾਂ ਕਿ ਇਸ ਦੇ ਵਿੱਚੋਂ ਗੰਦ ਵੀ ਇਹਦਾ ਅੱਛੀ ਤਰ੍ਹਾਂ ਨਿਕਲ ਜਾਏਗਾ। ਔਰ ਇਸ ਨੂੰ ਅੱਛੀ ਤਰ੍ਹਾਂ ਹਿਲਾ ਕੇ ਅਤੇ ਇਹਨੂੰ ਹੋਰ ਜਿਹੜਾ ਟਾਈਮ ਦਿੱਤਾ ਜਾਏਗਾ, ਤਾਂ ਕਿ ਇਹ ਬਿਲਕੁਲ ਸਾਫ਼ ਹੋ ਜਾਏ। ਕਮ ਅਜ਼ ਕਮ 24 ਘੰਟੇ ਦਾ ਟਾਈਮ ਉਹਨੂੰ ਦਿੱਤਾ। ਹੁਣ ਦੁਬਾਰਾ ਇੱਧਰ ਵੀ ਕਾਫੀ ਟਾਈਮ ਲੱਗ ਜਾਣਾ, ਲੇਕਿਨ ਇਹ ਹੋਵੇ ਕਿ ਜਿੰਨਾ ਟਾਈਮ ਜ਼ਿਆਦਾ ਮਿਲ ਜਾਏਗਾ ਉਹਨਾਂ ਚੀਜ਼ ਸਹੀ ਹੋਏਗੀ, ਉਹਦਾ ਰਿਜ਼ਲਟ ਅੱਛਾ ਹੋਏਗਾ, ਫਾਇਦਾ ਅੱਛਾ ਹੋਏਗਾ, ਬਿਮਾਰੀ ਵਾਸਤੇ ਅੱਛਾ ਫਾਇਦਾ ਕਰੇਗਾ। ਜਿਹੜੀ ਪਹਿਲੇ ਜਿਸ ਤੇ ਸੀ ਸਾਰੀ ਵਿੱਚ ਤਕਰੀਬਨ ਖੁਰ ਗਈ ਹੈ। ਔਰ ਜਿਹੜੀ ਜਿਸ ਜਦੋਂ ਇਸ ਦੇ ਅੰਦਰ ਰੱਖੀ ਦੀ ਹੈ ਇਹ ਕਾਲੀ ਹੋ ਜਾਂਦੀ ਹੈ, ਨਾਲੇ ਗਰਮ ਹੋ ਜਾਂਦੀ ਹੈ। ਅਸੀਂ ਜਨਾਬ ਦੁਬਾਰਾ ਇਹਨੂੰ ਤਾਰਨ ਵਾਸਤੇ ਰੱਖਿਆ ਸੀ, ਅਤੇ ਹੁਣ ਫਿਰ ਇਹਨੂੰ ਦੇਖਣੇ ਦੇ ਵਿੱਚ ਕਾਫੀ ਟਾਈਮ ਲੱਗਿਆ। ਇਹਨੂੰ ਕਮ ਅਜ਼ ਕਮ ਜਿਹੜਾ ਨਾ 12 ਤੋਂ 14 ਘੰਟੇ ਹੋ ਗਏ ਨੇ ਇਹਨੂੰ ਰੱਖੇ ਹੋਏ, ਹੁਣ ਫਿਰ ਦੁਬਾਰਾ ਉਤਾਰਨੇ ਆ। ਬੜੇ ਆਰਾਮ ਨਾਲ, ਬੜਾ ਇਤਿਹਾਸ ਵਾਲਾ ਕੰਮ ਹੈ। ਕਿਉਂਕਿ ਅਸੀਂ ਅੰਦਰ ਕਾਲਕ ਨੂੰ ਸ਼ਾਮਿਲ ਹੋ ਲੈਂਦੇ ਨਹੀਂ ਜਰਾ ਵੀ। ਇੱਕ ਦਰਾ ਉਹਨੂੰ ਅਸੀਂ ਰਾਜਾ ਕਰਨੇ ਆ, ਅਤੇ ਉਸ ਤੋਂ ਬਾਅਦ ਅਸੀਂ ਇਹਨੂੰ ਬਰਤਨ ਸਾਫ਼ ਕਰਕੇ ਅਤੇ ਉਸਨੂੰ ਜਿਹੜਾ ਨਾ ਉਸਦੇ ਵਿੱਚ ਫਿਰ ਰੱਖਣੇ ਆ, ਕਿਉਂਕਿ ਉਸਨੂੰ ਅੱਗ 'ਤੇ ਰੱਖ ਕੇ ਅਤੇ ਖੁਸ਼ ਕਰਨਾ। ਉਹ ਤੁਹਾਨੂੰ ਅਗਲਾ ਮਰਹਲਾ ਦਿਖਾਉਣੇ ਆ ਫਿਰ। ਹਾਂਜੀ, ਤੁਸੀਂ ਦੇਖਿਆ ਕਿ ਉਬਾਲਾ ਆਉਣਾ ਸ਼ੁਰੂ ਹੋ ਗਿਆ। ਹੁਣ ਇਹਨੂੰ ਪਾਣੀ ਜਿਹੜਾ ਨਾ ਇਸੇ ਤਰ੍ਹਾਂ ਵਿੱਚ ਇਹਦੇ ਖੁਸ਼ਕ ਹੋਏਗਾ, ਉਬਾਲਾ ਕਾਫੀ ਆ ਰਿਹਾ। ਔਰ ਬੜੇ ਇਹਤਿਆਤੀ ਨਾਲ ਇਹਨੂੰ ਕਲੀਅਰ ਕਰਾਂਗੇ। ਇਹਨੂੰ ਜਦੋਂ ਇਹ ਕਲੀਅਰ ਵੀ ਹੋ ਜਾਏਗਾ ਫਿਰ ਵੀ ਇਹਨੂੰ ਤਸੱਲੀ ਨਾਲ ਪਹਿਲੇ ਚੈੱਕ ਕਰਕੇ ਅਤੇ ਫਿਰ ਇਹਨੂੰ ਇਸਤੇਮਾਲ ਦੇ ਵਿੱਚ ਲਿਆਉਣਾ ਪਏਗਾ। ਲੇਕਿਨ ਤੁਸੀਂ ਦੇਖਿਆ ਕਿ ਇਹਦਾ ਤਰੀਕਾਕਾਰ ਜਿਹੜਾ ਅਸੀਂ ਬਣਾ ਰਹੇ ਹਾਂ,
ਔਰ ਇਹਦੇ 'ਤੇ ਬਹੁਤ ਜ਼ਿਆਦਾ ਮਿਹਨਤ, ਔਰ ਇਹਦੇ ਵਾਸਤੇ ਜਿਹੜਾ ਨਾ ਬਰਤਨ, ਬਰਤਨਾਂ ਦਾ ਇਹਤਿਆਤ ਬਹੁਤ ਜ਼ਰੂਰੀ ਹੈ, ਕਿਉਂਕਿ ਚੀਜ਼ਾਂ ਤੇਜ਼ ਹੁੰਦੀਆਂ ਨੇ, ਤੇਜ਼ ਕੈਮੀਕਲ ਹੈ। ਇਸ ਵਜ੍ਹਾ ਤੋਂ ਬਰਤਨ ਜਿਹੜਾ ਇੱਕ ਸਾਫ਼ ਸੁਥਰਾ ਹੋਣਾ ਚਾਹੀਦਾ, ਦੂਸਰਾ ਹੈ ਕਿ ਇਹ ਇੱਕ ਰੋਗਨ ਇਸ ਕਿਸਮ ਦਾ ਇਸ ਬਰਤਨ 'ਤੇ ਕਿ ਇਹ ਰੋਗਨ ਅੱਗ ਨਾਲ ਨਹੀਂ ਨਿਕਲਦਾ ਔਰ ਕੈਮੀਕਲ ਦੇ ਨਾਲ ਵੀ ਖਰਾਬ ਨਹੀਂ ਹੁੰਦਾ। ਹਾਂਜੀ, ਪਹਿਲਾਂ ਨਾਲ ਕਾਫ਼ੀ ਜਿਹੜਾ ਨਾ ਕੰਮ ਹੋ ਗਿਆ। ਸਟੈਪ ਬਾਈ ਸਟੈਪ ਤੁਹਾਨੂੰ ਦਿਖਾਉਂਦੇ ਰਹੇ, ਮਜ਼ੀਦ ਵੀ ਅੱਗੇ ਦਿਖਾਉਂਦੇ ਰਹਾਂਗੇ। ਹਾਂਜੀ, ਹੁਣ ਦੇਖੋ ਕਿ ਕਾਫ਼ੀ ਜ਼ਿਆਦਾ ਖੁਸ਼ਕ ਹੋ ਗਿਆ, ਬਸ ਹੁਣ ਥੋੜ੍ਹੀ ਦੇਰ ਦਾ ਮਰਹਲਾ ਰਹਿ ਗਿਆ ਅਤੇ ਬਹੁਤ ਬਿਹਤਰ ਹੋ ਰਿਹਾ। ਹੁਣ ਖੁਸ਼ਕ ਹੋ ਚੱਲਿਆ ਅਤੇ ਹੁਣ ਇਹਦੀਆਂ ਛਿੱਟਾਂ ਕਾਫ਼ੀ ਜ਼ਿਆਦਾ ਉੱਡਦੀਆਂ ਨੇ, ਬਹੁਤ ਮੁਸ਼ਕਿਲ ਹੈਗਾ। ਇਹ ਜਿਹੜੀ ਨਾ ਕਾਫ਼ੀ ਮਿਹਨਤ ਤੋਂ ਬਾਅਦ ਦੇਖਿਆ ਤੁਸੀਂ, ਇਹ ਖੁਸ਼ਕ ਹੋ ਗਈ ਹੈ, ਕਿਉਂ ਬਹੁਤ ਬਿਹਤਰ ਖੁਸ਼ਕ ਹੋ ਗਈ ਹੈ। ਇਹਦਾ ਕਲਰ ਵੀ ਦੇਖੋ ਸਾਫ਼ ਹੋ ਗਿਆ। ਇਹਨੂੰ ਮਜ਼ੀਦ ਅਸੀਂ ਹੁਣ ਰਗੜਾਈ ਕਰਾਂਗੇ ਅਤੇ ਉਹਦੇ ਵਿੱਚ ਦੇਖਣਾ ਤੁਸੀਂ ਇਹਦਾ ਕੈਸਾ ਕਲਰ ਹੁੰਦਾ ਹੈ। ਬਿਲਕੁਲ ਵਾਈਟ ਹੋ ਗਈ ਹੁਣ। ਹਾਂਜੀ, ਇਹ ਨਾ ਜਿਹੜਾ ਤੁਹਾਡੇ ਸਾਹਮਣੇ ਉਹਦੀ ਰਗੜਾਈ ਕਰ ਰਹੇ ਹਾਂ, ਕਾਫ਼ੀ ਦੇਰ ਤੋਂ ਉਹਦੀ ਰਗੜਾਈ ਹੋ ਰਹੀ ਹੈ ਔਰ ਇੰਨੀ ਦੇਰ ਤੱਕ ਉਹਦੀ ਰਗੜਾਈ ਕਰਨੀ, ਜਿੰਨੀ ਦੇਰ ਤੱਕ ਕਹਿੰਦੇ ਜਿਹੜੇ ਅਗਰ ਕੋਈ ਦਾਣਾ ਰੜਕਦਾ ਨਾ ਉਹ ਨਹੀਂ ਰੜਕਣੀ ਹੋਣੀ ਚਾਹੀਦੀ, ਬਿਲਕੁਲ ਪਲੇਨ ਹੋਣਾ ਚਾਹੀਦਾ। ਔਰ ਇਹਨੂੰ ਰਗੜਾਈ ਕਰਦਿਆਂ ਕਰਦਿਆਂ ਵੀ ਕਾਫ਼ੀ ਟਾਈਮ ਲੱਗਿਆ ਔਰ ਫਿਲਹਾਲ ਅਜੇ ਇਹਦੀ ਰਗੜਾਈ ਵੀ ਹੋ ਰਹੀ ਹੈ। ਜਿੰਨੀ ਦੇਰ ਤੱਕ ਕਹਿੰਦਾ ਇਹ ਦਾਣਾ ਜਿਹੜਾ ਬਿਲਕੁਲ ਮੁਲਾਇਮ ਹੋ ਜਾਏਗਾ, ਦਾਣੇ ਦੀ ਰੜਕ ਮਹਿਸੂਸ ਨਹੀਂ ਹੋਣੀ ਚਾਹੀਦੀ। ਔਰ ਅਜੇ ਕਾਫ਼ੀ ਟਾਈਮ ਲੱਗ ਜਾਣਾ ਇਹਨੂੰ ਰਗੜਾਈ ਕਰਦਿਆਂ ਕਰਦਿਆਂ। ਹਾਂਜੀ, ਅਸੀਂ ਰਗੜਾਈ ਕਰਕੇ ਇਸ ਨੂੰ ਬੋਤਲ ਦੇ ਵਿੱਚ ਬੰਦ ਕਰ ਦਿੱਤਾ। ਹੁਣ ਤਕਰੀਬਨ ਇਹਨੂੰ ਅਸੀਂ ਸਵਾ ਮਹੀਨਾ ਜਿਹੜਾ ਨਾ ਉਹਨੂੰ ਗੰਦਮ ਦੇ ਵਿੱਚ ਦਬਾ ਦਿਆਂਗੇ ਅਤੇ ਸਵਾ ਮਹੀਨੇ ਤੋਂ ਬਾਅਦ ਜਿਹੜਾ ਦੁਬਾਰਾ ਇਹਨੂੰ ਫਿਰ ਨਿਕਾਲਾਂਗੇ ਔਰ ਫਿਰ ਇਹ ਖਾਣ ਦੇ ਕਾਬਲ ਹੋਏਗਾ। ਯਾਨੀ ਕਿ ਕਮ ਅਜ਼ ਕਮ ਸਵਾ ਮਹੀਨਾ, ਇੱਕ ਮਹੀਨਾ ਅਤੇ 10 ਦਿਨ ਯਾਨੀ ਕਿ 40 ਦਿਨ ਉਹ ਗੰਦਮ ਦੇ ਵਿੱਚ ਇਹਨੂੰ ਦਬਾ ਕੇ ਰੱਖਣੇ ਆ। ਤੁਹਾਨੂੰ ਮੈਂ ਅਗਲੇ ਸਟੈਪ ਦੇ ਵਿੱਚ ਉਹ ਗੰਦਮ ਦੇ ਵਿੱਚ ਦਬਾ ਕੇ ਉਹ ਦਿਖਾਵਾਂਗਾ ਅਤੇ ਉਹ ਇਨਸ਼ਾਅੱਲਾ ਦੇਖੋ, ਇਨਸ਼ਾਅੱਲਾ ਬੜੀ ਜ਼ਬਰਦਸਤ ਚੀਜ਼ ਬਣੇਗੀ, ਇਨਸ਼ਾਅੱਲਾ ਕਾਮਯਾਬ ਚੀਜ਼ ਬਣੇਗੀ। ਹਾਂਜੀ, ਇਹ ਹੁਣ ਸਾਡਾ ਤੂਪੀਆ ਦੇਖਿਆ ਤੁਸੀਂ ਤਿਆਰ ਹੋ ਗਿਆ ਸੀ ਨਾ, ਇਸ ਨੂੰ ਅਸੀਂ ਜਨਾਬ ਹੁਣ ਇਹਨੂੰ ਗੰਦਮ ਦੇ ਵਿੱਚ ਕਣਕ ਦੇ ਵਿੱਚ ਰੱਖਾਂਗੇ ਔਰ ਇਹ ਤਕਰੀਬਨ ਸਵਾ ਮਹੀਨਾ ਕਣਕ ਦੇ ਵਿੱਚ ਰਹੇਗਾ। ਉਸ ਤੋਂ ਬਾਅਦ ਇਸਦਾ ਇਹ ਖੁਰਾਕੀ ਤਿਆਰ ਹੋ ਜਾਏਗਾ ਅਤੇ ਤੁਹਾਨੂੰ ਦਿਖਾ ਰਹੇ ਹਾਂ ਕਿ ਇਹਨੂੰ ਗੰਦਮ ਦੇ ਵਿੱਚ ਇਹਨੂੰ ਦਬਾ ਦਿੰਦੇ ਹਾਂ। ਹਾਂਜੀ, ਹੁਣ ਅਸੀਂ ਇਹ ਦੇਖੋ ਇਹਨੂੰ ਗੰਦਮ ਦੇ ਵਿੱਚ ਰੱਖ ਦਿੰਦੇ ਹਾਂ। ਦੇਖੋ ਇਹ ਗੰਦਮ ਔਰ ਗੰਦਮ ਦੇ ਵਿੱਚ ਇਹਨੂੰ ਨੀਚੇ ਕਰਕੇ ਦਬਾ ਦਿੰਦੇ ਹਾਂ। ਹੁਣ ਗੰਦਮ ਦੇ ਵਿੱਚ ਜਿਹੜਾ ਨਾ ਕਿ ਸਵਾ ਮਹੀਨਾ ਦਬਾਇਆ ਰਹੇਗਾ, ਉਸ ਤੋਂ ਬਾਅਦ ਇਹਨੂੰ ਕੱਢਾਂਗੇ ਅਤੇ ਇਨਸ਼ਾਅੱਲਾ ਇਹ ਖੁਰਾਕੀ ਵੀ ਹੋਏਗਾ, ਇਹਦੀ ਤਸਵੀਰ ਵੀ ਅੱਛੀ ਹੋਏਗੀ, ਬਹੁਤ ਬਿਹਤਰ ਹੋ ਜਾਏਗੀ, ਇਹਦੇ ਨਾਲ ਫਾਇਦਾ ਵੀ ਜ਼ਿਆਦਾ ਹੋਏਗਾ। ਅਤੇ ਦੋਸਤੋ, ਉਮੀਦ ਹੈ ਇਨਸ਼ਾਅੱਲਾ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਜੇਗੀ। ਇਹਨੂੰ ਲਾਈਕ ਕਰਿਓ, ਇਹਨੂੰ ਸ਼ੇਅਰ ਕਰਿਓ, ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਅਤੇ ਅਗਲੀ ਵੀਡੀਓ ਨਾਲ ਫਿਰ ਮਿਲਾਂਗੇ।
इजाजत, अल्लाह हाफिज़, अस्सलामु अलैकुम वरहमतुल्लाहि वबरकातुहू।